ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ? ਅਤੇ ਅੱਜ ਆਪਾਂ ਗਾਣਾ ਕਰਾਂਗੇ ਯਾਰਾਨੇ ਬਾਏ ਗੁਰਸਿੱਧੂ, ਅਤੇ ਇਹਦੇ ਲਿਰਿਕਸ ਲਿਖੇ ਆ ਜੱਸਾ ਢਿੱਲੋਂ ਨੇ, ਅਤੇ ਇਹਦਾ ਓਰਿਜਨਲ ਸਕੇਲ ਆ ਬੀ ਮਾਈਨਰ। ਇਹਦੇ ਵਿੱਚ 6 ਕੋਰਡਸ ਯੂਜ਼ ਹੋਣੇ ਆ, ਪਰ 4 ਮੇਨ ਆ ਅਤੇ 2 ਕਿਤੇ ਕਿਤੇ ਹੋਣੇ ਆ। ਪਹਿਲੀ ਕੋਰਡ ਆ ਬੀ ਮਾਈਨਰ, ਦੂਜੀ ਈ ਮਾਈਨਰ, ਫਿਰ ਏ ਮੇਜਰ, ਚੌਥੀ ਡੀ ਮੇਜਰ, ਪੰਜਵੀਂ ਐਫ ਸ਼ਾਰਪ ਮਾਈਨਰ ਅਤੇ ਐਫ ਸ਼ਾਰਪ ਮੇਜਰ। ਲਾਸਟ ਵਾਲੀਆਂ 2 ਬਾਰ ਆ, ਅਤੇ ਇਸਨੂੰ ਜੇ ਤੁਸੀਂ ਚੇਂਜ ਕਰਨਾ ਵਾ ਤਾਂ ਦੂਜੇ ਫਰੈਟ 'ਤੇ ਕੇਪੋ ਲਾ ਕੇ, ਅਤੇ ਕੋਰਡਸ ਬਣ ਜੂਗੀ ਏ ਮਾਈਨਰ, ਅਤੇ ਈ ਮਾਈਨਰ ਬਣ ਜੂਗੀ ਡੀ ਮਾਈਨਰ, ਫਿਰ ਜੀ, ਸੀ, ਈ ਮਾਈਨਰ ਅਤੇ ਈ ਮੇਜਰ। ਇਹਦੀ ਸਟ੍ਰਮਿੰਗ ਵੀ ਬਹੁਤ ਸੌਖੀ, ਡਾਊਨ ਅਪ ਅਪ ਡਾਊਨ, ਡਾਊਨ ਅਪ ਡਾਊਨ ਅਪ ਡਾਊਨ, ਅਪ ਅਪ ਡਾਊਨ, ਡਾਊਨ ਅਪ ਡਾਊਨ ਅਪ, ਡਾਊਨ ਅਪ ਅਪ ਡਾਊਨ, ਡਾਊਨ ਅਪ ਡਾਊਨ ਅਪ, ਫਿਰ ਚੇਂਜ, ਡਾਊਨ ਅਪ ਅਪ ਡਾਊਨ, ਡਾਊਨ ਅਪ ਡਾਊਨ ਅਪ, ਫਿਰ ਚੇਂਜ। ਅਤੇ ਪਹਿਲੇ ਸੈਕਸ਼ਨ 'ਚ ਆਪਾਂ ਲੱਕ ਕੀਤੀਆਂ ਸਟ੍ਰਿੰਗਸ, ਜਿਹੜੀ ਆਪਾਂ ਕੋਰਡ ਫੜਨੀ ਆ ਉਹਦਾ ਰੂਟ ਨੋਟ ਪਹਿਲਾਂ ਪਲੇ ਕਰਕੇ ਅਤੇ ਫਿਰ ਕਰਨਾ ਆਪਾਂ। ਜਿੱਦਾਂ ਆਪਾਂ ਏ ਮਾਈਨਰ ਆ, ਅਤੇ ਇਹਦਾ ਰੂਟ ਨੋਟ ਆ ਏ, ਏ ਸਟ੍ਰਿੰਗ ਮਤਲਬ ਪੰਜਵੀਂ, 1 2 3 4 5, ਫਿਰ ਕੋਰਡ ਚੇਂਜ, ਬਸ ਇਹ ਆ। ਸੋ ਲੈਟਸ ਸਟਾਰਟ ਇਟ। ਸਾਡੇ ਤੋਂ ਸਾਡਾ ਤੂੰ ਕਸੂਰ ਪੁੱਛ ਰਹਿ, ਤੋੜ ਕੇ ਯਾਰਾਨੇ ਪਹਿਲਾਂ ਆਪ ਸੋਹਣਿਆ, ਹੱਥਾਂ ਦੀਆਂ ਲੇਖਾਂ ਵਿੱਚ ਤੈਨੂੰ ਲਿਖ ਕੇ, ਤਾਂ ਨੀ ਮੈਂ ਕੋਈ ਪਾਪ ਸੋਹਣਿਆ, ਸਾਡੇ ਤੂੰ ਸਾਡਾ ਤੂੰ ਕਸੂਰ ਪੁੱਛ ਦੇ, ਤੋੜ ਕੇ ਯਾਰਾਨੇ ਪਹਿਲਾਂ ਆਪ ਸੋਹਣਿਆ, ਹੱਥਾਂ ਦੀਆਂ ਲੇਖਾਂ ਵਿੱਚ ਤੈਨੂੰ ਲਿਖ ਕੇ, ਕੀਤਾ ਤਾਂ ਨੀ ਮੈਂ ਬਾਤ ਗਏ।